ਸਤਿ ਜੀ ਰਿਹਾ ਗਾ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਨਾ ਕਰਨਾਟਕ ਚ ਕਾਰ ਦੀ ਟੈਂਕਰ ਨਾਲ ਹੋਈ ਭਿਆਨਕ ਟੱਕਰ 12 ਦੀ ਮੌਤ ਵੱਡੀ ਖਬਰ ਆ ਚੁੱਕੀ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈ ਤੇ ਵੀਡੀਓ ਨੂੰ ਆਤਮਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਕਰਨਾਟਕ ਦੇ ਚਿੱਕਲ ਬੱਲਾਪੁਰ ਦੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਾਪਰੇ ਇਸ ਹਾਦਸੇ ਚ 12 ਲੋਕਾਂ ਦੀ ਮੌਤ ਹੋ ਗਈ ਇਹ ਹਾਸਾ ਵੀਰਵਾਰ ਸਵੇਰੇ 7:37 ਵਜੇ ਐਨ ਮਿਲ 40 ਦੇ ਚੱਤਰਵਾਤੀ ਚਤਰਾਵਤੀ ਟ੍ਰੈਫਿਕ ਪੁਲਿਸ ਸਟੇਸ਼ਨ ਦੇ ਬਿਲਕੁਲ ਸਾਹਮਣੇ ਵਾਪਰਿਆ ਮਨਵਾਲਿਆਂ ਦੇ ਵਿੱਚ 8 ਪੁਰਸ਼ ਤੇ 4 ਔਰਤਾ ਸ਼ਾਮਲ ਨੇ NH49 ਤੋਂ ਸਾਹਮਣੇ ਆ ਰਿਹਾ Tata Summo ਨੇ ਖੜੇ ਟੈਂਕਰ ਨੂੰ ਟੱਕਰ ਮਾਰ ਦਿੱਤੀ ਟੈਂਕਰ ਤੇ Summo ਵਿਚਾਲੇ ਹੋਈ ਟੱਕਰ ਤੋਂ ਬਾਅਦ ਜ਼ਖਮਿਆਂ ਨੂੰ ਹਸਪਤਾਲ ਦੇ ਵਿੱਚ ਧਾਖਲ ਕਰਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ ਸੂਤਰਾਂ ਮੁਤਾਬਕ ਸੰਗਣੀ ਤੋਂ ਅਦਕਾਰਨ ਚਾਲਕ ਸੜਕ ਕਿਨਾਰੇ ਖੜੇ ਟੈਂਕਰ ਨੂੰ ਨਹੀਂ ਦੇਖ ਸਕੇ ਅਤੇ ਉਸ ਨਾਲ ਟਕਰਾ ਗਏ ਜੀ ਹਾਂ ਕਟਨਾ ਦੇ ਜਾਣਕਾਰੀ ਦਿੰਦੇ ਹੋਏ ਐਸਪੀ ਚਿਕਲ ਬੱਲਾਪੁਰ ਨੇ ਦੱਸਿਆ ਹੈ ਕਿ ਅੱਜ ਸਵੇਰੇ 7 7:30 ਵਜੇ ਬੈਂਗਲੌਰ ਹਾਇਦਰਾਬਾਦ ਹਾਈਵੇ ਤੇ ਚੱਕਲ ਬੱਲਾਪੁਰ ਨੇੜੇ ਇੱਕ ਹਾ사 ਵਾਪਰਿਆ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ